ਪਲਾਸਟਿਕ ਦੇ ਬੈਗ ਦਾ ਮੂੰਹ ਬੰਦ ਕਰਨ ਲਈ ਤੁਹਾਨੂੰ ਇੱਕ ਕਲਿੱਪ ਜਾਂ ਰਬੜ ਬੈਂਡ ਚਾਹੀਦਾ ਹੈ। ਇਹ ਪਲਾਸਟਿਕ ਦੇ ਬੈਗ ਦਾ ਮੂੰਹ ਸੀਲ ਕਰਕੇ ਕਰਨ ਦੇ ਲਈ ਇੱਕ ਬਹੁਤ ਵਧੀਆ ਤਰੀਕਾ ਹੈ। ਢੱਕਣ ਤੋਂ 5 ਸੈਂਟੀਮੀਟਰ ਦੀ ਦੂਰੀ ਤੱਕ ਛੋਟੀ ਪਲਾਸਟਿਕ ਬੋਤਲ ਕੱਟ ਲਵੋ। ਤੁਹਾਨੂੰ ਸਿਰਫ ਢੱਕਣ ਵਾਲਾ ਉੱਪਰਲਾ ਹਿੱਸਾ ਚਾਹੀਦਾ ਹੈ। ਹੁਣ ਪਲਾਸਟਿਕ ਦੇ ਬੈਗ ਨੂੰ ਮੋਤੀ ਬਟਨ ਅਤੇ ਕੁਝ ਹੋਰ ਸਮਾਨ ਨਾਲ ਭਰ ਲਵੋ। ਉਸ ਦਾ ਮੂੰਹ ਬੰਦ ਕਰੋ ਅਤੇ ਕੱਟੀ ਹੋਈ ਬੋਤਲ ਦੇ ਵੱਡੇ ਹਿੱਸੇ ਵਿੱਚ ਪਾ ਦਿਓ। ਪਲਾਸਟਿਕ ਬੈਗ ਦਾ ਮੂੰਹ ਬੋਤਲ ਵਿੱਚੋਂ ਕੱਢ ਕੇ ਉਸ ਦਾ ਢੱਕਣ ਲਗਾ ਦਿਓ। ਇਹ ਬਿਨਾਂ ਕਲਿੱਪ ਜਾਂ ਰਬੜ ਬੈਂਡ ਦੀ ਵਰਤੋਂ ਕੀਤੇ ਪਲਾਸਟਿਕ ਬੈਗ ਦੇ ਮੂੰਹ ਨੂੰ ਸੀਲ ਕਰਨ ਦਾ ਬਹੁਤ ਅਦਭੁਤ ਤਰੀਕਾ ਹੈ। ਤੁਸੀਂ ਜਿੰਨੀ ਵਾਰ ਚਾਹੋ ਬੈਗ ਦਾ ਮੂੰਹ ਬੰਦ ਕਰਕੇ ਖੋਲ੍ਹ ਸਕਦੇ ਹੋ।